ਇੱਕ ਵਾਰ ਇੱਕ ਮਾਈ ਦਾ ਪੁੱਤਰ ਚੜ੍ਹਾਈ ਕਰ ਗਿਆ ਰੋ ਰਹੀ ਸਵੇਰ ਸਵੇਰ। ਸਤਿਗੁਰੂ ਮਹਾਰਾਜ ਨੇ ਬਚਨ ਕਰ ਦਿੱਤਾ, ਜਿੰਨਾ ਸਮਾਂ ਅਸੀਂ ਗੋਇੰਦਵਾਲ ਸਾਹਿਬ ਹਾਂ ਉਤਨਾ ਸਮਾਂ ਸਾਡੇ ਰਹਿੰਦੇ, ਇੱਥੇ ਕਿਸੇ ਦੀ ਮੌਤ ਨਹੀਂ ਹੋਏਗੀ, ਮੌਤ ਨਹੀਂ ਬਣਨ ਦਿੱਤੀ। 22 ਸਾਲ ਗੋਇੰਦਵਾਲ ਸਾਹਿਬ ਸਾਧ ਸੰਗਤ, ਕਿਸੇ ਦੀ ਮੌਤ ਨਹੀਂ ਹੋਈ। ਐਸੇ ਸੱਤ 'ਤੇ ਚੱਲਣ ਵਾਲੇ, ਐਸੇ ਮਹਾਨ ਸਤਿਗੁਰੂ। ਇੱਕ ਦਿਨ ਗੁਰੂ ਅੰਗਦ ਦੇਵ ਮਹਾਰਾਜ ਨਾਲ ਜਾ ਰਹੇ ਸਨ ਤੁਰੇ, ਗੁਰੂ ਅੰਗਦ ਦੇਵ ਜੀ ਨੇ ਆਪ ਹੱਥ ਫੜਿਆ ਹੋਇਆ ਸੱਜਾ, ਅਤੇ ਸ਼੍ਰੀ ਅਮਰਦਾਸ ਜੀ ਉਦੋਂ ਗੁਰੂ ਨਹੀਂ ਸਨ ਬਣੇ, ਪਿੱਛੇ ਪਿੱਛੇ ਜਾ ਰਹੇ, ਸੰਕੋਚ ਕੇ ਚੱਲਦੇ, ਪਿੱਠ ਵੀ ਨਹੀਂ ਸਨ ਗੁਰੂ ਜੀ ਵੱਲ ਕਰਦੇ। ਪੁੱਠੇ ਪੈਰੀਂ ਜਦੋਂ ਜਲ ਲੈਣ ਜਾਣਾ, ਇਸ਼ਨਾਨ ਕਰਾਉਣ, ਪੁੱਠੇ ਪੈਰੀਂ ਜਾਣਾ। ਐਸੀ ਮਹਾਨਤਾ ਵਾਲੇ ਤੁਰਦਿਆਂ ਤੁਰਦਿਆਂ ਇੱਕ ਹੱਥ ਸੱਜਾ ਗੁਰੂ ਅੰਗਦ ਦੇਵ ਜੀ ਨੇ ਫੜਿਆ ਅੱਗੇ ਜਾ ਰਹੇ, ਇਹ ਪਿੱਛੇ ਸੰਕੋਚ ਮੇਂ ਐਂ ਤਰੀਕੇ ਨਾਲ ਜਾ ਰਹੇ। ਚੱਲਦਿਆਂ ਚੱਲਦਿਆਂ ਖੱਬਾ ਹੱਥ ਕਿਤੇ ਗੁਰੂ ਅੰਗਦ ਦੇਵ ਜੀ ਤੋਂ ਅੱਗੇ ਹੋ ਗਿਆ, ਸ਼੍ਰੀ ਅਮਰਦਾਸ ਮਹਾਰਾਜ ਜੀ ਦਾ। ਸਤਸੰਗਤ, ਮਨ ਵਿੱਚ ਇੰਨਾ ਇਸ ਗੱਲ ਦਾ ਭੈ ਮਨਾਇਆ ਵੀ ਮੇਰਾ ਹੱਥ ਗੁਰੂ ਤੋਂ ਅੱਗੇ ਕਿਵੇਂ ਚਲਾ ਗਿਆ, ਕਿਉਂਕਿ ਇਸ ਸਰੀਰ ਨੇ, ਇਸ ਮਨ ਨੇ ਗੁਰੂ ਦੇ ਪਿੱਛੇ ਚੱਲਣਾ, ਅੱਗੇ ਹੋ ਕੇ ਨਹੀਂ ਚੱਲਣਾ। ਗੁਰਮੁਖ ਉਹੀ ਹੈ ਜਿਹਦਾ ਗੁਰੂ ਵੱਲ ਮੂੰਹ ਹੈ, ਗੁਰੂ ਦੇ ਉਪਦੇਸ਼ ਵੱਲ ਮੂੰਹ ਹੈ। ਉਸ ਹੱਥ ਨੂੰ ਛਾਤੀ ਨਾਲ ਲਾ ਲਿਆ ਵੀ ਇਸ ਹੱਥ ਤੋਂ ਹੁਣ ਮੁੜ ਕੇ ਕੰਮ ਨਹੀਂ ਜੇ ਲੈਣਾ, ਇਹ ਨਿਕੰਮਾ ਹੀ ਸਮਝੋ ਕਿ ਜਿਹੜਾ ਗੁਰੂ ਦੇ ਹੁਕਮ ਤੋਂ ਜਾਂ ਗੁਰੂ ਦੇ ਸਰੀਰ ਤੋਂ ਅੱਗੇ ਸਰੀਰ ਚਲਾ ਜਾਏ, ਇਹ ਠੀਕ ਨਹੀਂ ਹੈ, ਭਾਵਨਾ ਹੀ ਹੈ। ਐਸੇ ਸੱਤ ਪ੍ਰਤੱਗੀ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਉਹਨਾਂ ਤਾਈਂ ਕਹਿੰਦੇ ਮੇਰੀ ਨਮਸਕਾਰ ਹੈ। ਸ਼੍ਰੀ ਗੁਰਦੇਵ ਇਹ ਨਮ ਹੈ, ਸ਼੍ਰੀ ਦਾ ਨਾਮ ਹੈ ਲਛਮੀ, ਸ਼੍ਰੀ ਦਾ ਅਰਥ ਹੈ ਸ਼੍ਰੋਮਣੀ, ਸ਼੍ਰੀ ਦਾ ਅਰਥ ਹੈ ਸ੍ਰੇਸ਼ਟ। ਸਾਰੇ ਗੁਰੂ ਸਾਹਿਬ ਸ੍ਰੇਸ਼ਟ ਹਨ, ਸਾਰਿਆਂ ਨੂੰ ਨਮਸਕਾਰ। ਉੱਥੇ ਸ਼੍ਰੋਮਣੀ ਜੋ ਸ਼੍ਰੀ ਲਛਮੀਪਤੀ ਸਤਿਗੁਰੂ ਗੁਰਦੇਵ ਗੁਰੂ ਰਾਮਦਾਸ ਮਹਾਰਾਜ ਨੂੰ ਮੇਰੀ ਨਮਸਕਾਰ ਹੈ। ਇਹਨਾਂ ਦੇ ਅੱਗੇ ਸ਼੍ਰੀ ਤਾਂ ਲਗਾਇਆ, ਜਿਹੜੇ ਇਤਿਹਾਸ ਸੁਣਦੇ ਉਹਨਾਂ ਨੂੰ ਪਤਾ, ਇੱਕ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਭਾਈ ਲਹਿਣਾ ਜੀ ਬੈਠੇ ਨਮਸਕਾਰ ਕਰ ਰਹੇ ਸਨ। ਉੱਥੇ ਕੀ ਵੇਖਿਆ, ਇੱਕ ਗੈਬੀ ਸ਼ਕਤੀ ਵਾਲਾ ਰੂਪ, ਬਿਲਕੁਲ ਹੋਰ ਕਿਸੇ ਨੂੰ ਨਹੀਂ ਦਿਸਿਆ, ਇੱਕ ਭਾਈ ਲਹਿਣਾ ਜੀ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਦਿਸਿਆ। ਇੱਕ ਸਰੂਪ ਆਇਆ ਗਹਿਣਿਆਂ ਨਾਲ ਲੱਦੀ, ਇੱਕ ਮਾਨੋ ਕਿ ਸ਼ਕਤੀ ਉੱਥੇ ਆਈ, ਉਹਨੇ ਆ ਕੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਨੂੰ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਾਂਹ ਕਰ ਦਿੱਤੀ। ਭਾਈ ਲਹਿਣਾ ਜੀ ਪੁੱਛਣ ਲੱਗੇ, ਭਾਈ ਗੁਰੂ ਨਾਨਕ ਸਾਹਿਬ ਨੂੰ ਸੱਚੇ ਪਾਤਸ਼ਾਹ ਇਹ ਕੌਣ? ਸਤਿਗੁਰੂ ਜੀ ਕਹਿੰਦੇ ਇਹ ਸ਼੍ਰੀ ਲਛਮੀ ਹੈ ਭਾਈ, ਦੁਨੀਆ ਦੇ ਪਿੱਛੇ ਦੌੜੀ ਫਿਰਦੀ, ਇਹ ਬੇਨਤੀਆਂ ਕਰ ਰਹੀ ਵਾਰ ਵਾਰ ਆ ਕੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਨਾਂ 'ਚ ਥਾਂ ਦਿਓ। ਕਹਿੰਦੇ ਮਹਾਰਾਜ ਫੇਰ ਹੁਣ? ਗੁਰੂ ਜੀ ਕਹਿੰਦੇ ਭਾਈ ਅਸੀਂ ਤਾਂ ਇਹਨੂੰ ਰੱਖਿਆ ਆਪਣੇ ਤੋਂ 12 ਕੋਹ ਦੂਰ, ਦੂਜੇ ਜਾਮੇ ਦੇ ਵਿੱਚ ਇਹ 6 ਕੋਹ ਨੇੜੇ ਆ ਜਾਏਗੀ, ਤੀਜੇ ਜਾਮੇ ਵਿੱਚ ਜਦੋਂ ਅਸੀਂ ਹੋਵਾਂਗੇ ਉਸ ਵੇਲੇ ਦਰਵਾਜ਼ੇ 'ਤੇ ਆ ਜਾਏਗੀ, ਅਤੇ ਜਦੋਂ ਚੌਥੇ ਜਾਮੇ 'ਚ ਹੋਏ ਨਾ ਗੁਰੂ ਰਾਮਦਾਸ ਦੇ ਰੂਪ 'ਚ, ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਨੇ ਇਸੇ ਮਾਇਆ ਨੂੰ ਗੁਰੂ ਰਾਮਦਾਸ ਦੇ ਚਰਨੀ ਲਾਇਆ ਸੀ। ਕਹਿੰਦੇ ਤੁਸੀਂ ਇਹਨਾਂ ਦੇ ਚਰਨੀ ਲੱਗ ਕੇ ਰਹੋ ਤਾਂ ਤੁਹਾਡੀ ਗਤੀ ਹੋਏਗੀ, ਇਹਨਾਂ ਦੀ ਸੇਵਾ ਕਰਿਓ। ਫਿਰ ਗੁਰੂ ਰਾਮਦਾਸ ਮਹਾਰਾਜ ਨੇ ਦੇਖੋ ਵੱਡੀਆਂ ਵੱਡੀਆਂ ਸੇਵਾਵਾਂ ਕਰਾ ਕੇ ਮਾਇਆ ਸਫਲਾ ਕੀਤੀ। ਸ਼੍ਰੀ ਜਿਹੜੀ ਲਛਮੀਪਤੀ ਸ਼੍ਰੋਮਣੀ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਉਹਨਾਂ ਦੇ ਤਾਂ ਹੀ ਮੇਰੀ ਨਮਸਕਾਰ ਹੈ।